ਦੇਖੋ ਸਾਡੀ ਕੰਪਨੀ ਪਿਸ਼ਾਬ ਪੀਣ ਵਾਲੀ ਨਹੀਂ ਹੈ, ਨਾ ਪਖਾਨਾ ਖਾਣ ਵਾਲੀ, ਇਹ ਸਾਡੀ ਕੰਪਨੀ ਹੈ। ਸਾਡੀ ਕੰਪਨੀ ਬਿਲਕੁਲ ਇੱਕ ਆਪ ਇਸ ਪਾਕ ਇੱਕ ਗੱਲ। ਦੂਈ ਗੱਲ, ਕੋਈ ਵੀ ਹਦੀਸ ਜਿਹੜੀ ਕੁਰਾਨ ਉਸਦੀ ਤਸਦੀਕ ਨਹੀਂ ਕਰਦੀ, ਮੇਰਾ ਉਸ 'ਤੇ ਕੋਈ ਇਮਾਨ ਨਹੀਂ। ਉਹ ਪਤਾ ਨਹੀਂ ਕਿੱਥੋਂ ਆਈ ਹੈ, ਕਿਹਨੇ ਲਿਖੀ ਹੈ। ਕਿਸੇ ਨਬੀ ਰਸੂਲ ਕੋਲ ਮੈਨੂੰ ਅੱਲਾਹ ਤਾਲਾ ਨੇ ਅਕਲ ਔਰ ਸ਼ਊਰ ਦਿੱਤਾ ਹੈ, ਇਹ ਇਖਤਿਆਰ ਹੀ ਨਹੀਂ ਹੈ ਕਿ ਜਿਹੜੀ ਅੱਲਾਹ ਤਾਲਾ ਨੇ ਗੱਲ ਨਹੀਂ ਦੱਸੀ ਉਹ ਦੱਸੇ। ਉਹ ਨਬੀ, ਕਿਸੇ ਨਬੀ ਕੋਲ ਕੋਈ ਗੈਬ ਦਿਲ ਨਹੀਂ ਆਉਂਦਾ। ਜਿਹੜੀ ਅੱਲਾਹ ਤਾਲਾ ਨੂੰ ਖਬਰ ਦਿੰਦਾ, ਇਤਲਾਹ ਦਿੰਦਾ, ਉਸ ਤੋਂ ਬਗੈਰ ਕੋਈ ਉਹ ਗੱਲ ਕਰ ਸਕਦਾ ਹੀ ਨਹੀਂ ਹੈ। ਤੁਸਾਂ ਨੇ ਅੱਲਾਹ ਦਾ ਦੀਨ ਨਹੀਂ, ਅੱਲਾਹ ਦੇ ਰਸੂਲਾਂ ਦਾ ਦੀਨ ਬਣਾ ਦਿੱਤਾ ਹੈ। ਤੁਸਾਂ ਨੇ ਇਤਨਾ ਸ਼ਿਰਕ ਕਰ ਲਿਆ ਔਰ ਸ਼ਿਰਕ ਦੇ ਆਦੀ ਹੋ ਗਏ ਹੋ। ਤੁਸੀਂ ਅੱਲਾਹ ਨੂੰ ਛੋੜ ਕੇ ਅੱਲਾਹ ਦੇ ਰਸੂਲਾਂ ਦਾ ਦੀਨ ਇਖਤਿਆਰ ਕਰ ਲਿਆ, ਉਹਦਾ ਨਾਂ ਲੈ ਕੇ। ਇਹ ਹੋ ਹੀ ਨਹੀਂ ਸਕਦਾ ਅੱਲਾਹ ਦੇ ਰਸੂਲ ਨੇ ਗੱਲ ਕਹੀ ਹੋਈ। ਔਰ ਇਸਦੀ ਪਤਾ ਨਹੀਂ ਤਲਾ ਸਾਹਿਬ ਨੂੰ, ਪਤਾ ਨਹੀਂ ਸ਼ੇਬੇ ਨੂੰ। ਮਿਰਜ਼ਾ ਸਾਹਿਬ ਦੀ ਭਾਵੇਂ ਗੱਲ ਹੈ ਜਿਹਦੀ ਵੀ, ਜਿਹੜੀ ਕੁਰਾਨ ਦੇ ਹੱਥ ਤੱਕ ਹੈ ਸਿਰਫ ਉਹ ਜ਼ਾਤੀਆਤ ਦੀਆਂ ਗੱਲਾਂ ਜਿਹੜੀਆਂ ਉਹ ਕਹਿੰਦੇ ਨੇ ਮੇਰਾ ਕਿਸੇ ਨਬੀ ਰਸੂਲ ਦਾ ਨਾਂ ਲੈ ਲੈ, ਉਸਦੀ ਜ਼ਾਤੀ ਜ਼ਿੰਦਗੀ ਡਿਸ ਕਰਨ ਦਾ ਮੇਰੇ ਮੈਨੂੰ ਕੋਈ ਮਤਲਬ ਨਹੀਂ। ਉਹਨਾਂ ਨੇ ਕੀ ਕੀਤਾ? ਜਿਹੜਾ ਅੱਲਾਹ ਦਾ ਪੈਗਾਮ ਉਹਨਾਂ ਕੋਲ ਸੀ, ਮੈਂ ਉਸ ਤੇ ਈਮਾਨ ਰੱਖਦਾ 100%। ਤੁਸੀਂ ਇਹ ਦੱਸ ਦੋ ਤਲ ਸਾਹਿਬ, ਵਹੀ ਤੇ ਇਲਹਾਮ ਕੌਣ ਕਰਦਾ ਬੰਦੇ ਨੂੰ? ਮੇਰਾ ਅੱਬਾ ਕਰਦਾ। ਲਿਖਾਇਆ ਗਿਆ ਖੁਦਾ ਨੇ ਕੀਤਾ ਹੈ ਮਿਰਜ਼ਾ ਸਾਹਿਬ ਨੂੰ ਇਲਾਮ ਜਾਂ ਬਈ? ਤੂੰ ਕੀ ਕਹਿਣਾ, ਮੁਹੰਮਦ ਸੱਲਮ ਨੂੰ ਕੌਣ ਇਲਾਮ ਬਈ ਕਰਦਾ ਸੀ? ਯਾਰ ਗੱਲ ਮਿਰਜ਼ਾ ਸਾਹਿਬ ਦੀ ਹੋ ਰਹੀ ਹੈ, ਜਾ ਤੁਸੀਂ ਨਬੀ ਕਰੀਮ ਸੱਲਮ ਤੇ, ਮੈਂ ਮਿਰਜ਼ਾ ਸਾਹਿਬ ਦਾ ਪੁੱਛ ਰਿਹਾ ਤੁਹਾਨੂੰ। ਅੱਛਾ ਚਲੋ ਦੱਸੋ, ਮਿਰਜ਼ਾ ਸਾਹਿਬ ਨੂੰ ਵਹੀ ਇਲਾਮ ਖੁਦਾ ਨੇ ਕੀਤਾ ਸੀ, ਇਹ ਸੱਚਾ ਸੀ ਜਾਂ ਝੂਠਾ ਸੀ? ਚਲੋ ਇਹ ਦੱਸੋ। ਉਹ ਤੂੰ ਪਾਗਲ ਤੇ ਨਹੀਂ ਹੈ ਯਾਰ, ਜਿਹੜਾ ਕੰਦਾ ਕਹਿ ਰਿਹਾ ਹੈ। ਮੈਨੂੰ ਤਾਂ ਤੁਸੀਂ ਪਾਗਲ ਲੱਗਦੇ ਹੋ ਤਲਾ ਸਾਹਿਬ। ਮੈਂ ਕਹਿ ਸਕਣਾ ਝੂਠਾ, ਮੇਰੀ ਮਜਾਲ ਹੈ। ਹਾਂ ਤੇ ਫਿਰ ਮੰਨੋ ਨਾ, ਇਹ ਇਲਾਮ ਠੀਕ ਸੀ? ਮਿਰਜ਼ਾ ਸਾਹਿਬ ਕਿਉਂ ਕਹਿ ਰਹੇ ਨੇ ਮੇਰੀ ਵਜ੍ਹਾ ਤੋਂ ਮਾਰਿਆ ਹੈ? ਫਿਰ ਮਿਰਜ਼ਾ ਸਾਹਿਬ ਝੂਠ ਬੋਲ ਰਹੇ ਨੇ ਨਾ? ਮਿਰਜ਼ਾ ਸਾਹਿਬ ਕਿਉਂ ਕਹਿ ਰਹੇ ਨੇ ਮੇਰੀ ਵਜ੍ਹਾ ਤੋਂ ਮਾਰਿਆ ਹੈ? ਫਿਰ ਮਿਰਜ਼ਾ ਸਾਹਿਬ ਝੂਠ ਬੋਲ ਰਹੇ ਨੇ ਨਾ? ਅੱਲਾਹ
ਮਰ ਗਏ ਨਾ ਉਹ ਕੋਈ ਮਸਲਾ ਨਹੀਂ ਹੈ, ਸਾਰਿਆਂ ਮਰ ਜਾਣਾ ਕੁੱਲ ਨਫਸਿਨ ਜ਼ਾਇਕਤੁਲ ਮੌਤ ਦੇ ਤਹਿਤ, ਲੇਕਿਨ ਇਹ ਦੱਸੋ ਕਿ ਮਰੇ ਮਿਰਜ਼ਾ ਸਾਹਿਬ ਦੀ ਵਜ੍ਹਾ ਤੂੰ ਨੇ ਕਿ ਆਪਣੀ ਤਕਦੀਰ ਦੀ ਵਜ੍ਹਾ ਤੂੰ ਨੇ? ਬਜਾਨ ਇਹ ਤਕਦੀਰ ਕਿਹੜੀ ਆ ਗਈ ਏ ਜਿਹੜੀ ਆਈ ਹੁੰਦੀ ਹੈ ਬੰਦੇ ਦਾ ਟਾਈਮ ਹੋਇਆ ਹੁੰਦਾ ਮਰਨੇ ਦਾ, ਉਹਨੂੰ ਤਕਦੀਰ ਹੀ ਕਹਿੰਦੇ ਨੇ, ਹੋਰ ਕੀ ਏ? ਉਹ ਯਾਰ ਆਪਣਾ ਉਹ ਆਪਣਾ ਬਿਆਨ ਵਾਪਸ ਲੈ ਯਾਰ, ਆਪਣਾ ਬਿਆਨ ਵਾਪਸ ਲੈ, ਹਜ਼ਰਤ ਈਸਾ ਨਹੀਂ ਮਰੇ ਐਵੇਂ, ਮਤਲਬ ਆਪ ਐਵੇਂ ਕਹਿੰਦਾ ਰਹਿੰਦਾ ਸਭ ਨੇ ਮਰ ਜਾਣਾ। ਈਸਾ ਦੀ ਗੱਲ ਕੀਤੀ ਹੈ ਮੈਂ, ਤੇਰਾ ਨਾਲ ਲਿਆ ਕਿ ਤੂੰ ਵੀ ਮਰ ਗਿਆ ਚੁੱਪ ਕਰਕੇ ਮਿਊਟ ਕਰਕੇ ਗੱਲ ਕਰਨ ਦਾ, ਖੁਦਾ ਦਾ ਨਾ ਗੱਲ ਕਰਨੀ, ਕੋਈ ਇਲਮ ਦੀ ਔਰ ਅਕਲ ਦੀ ਗੱਲ ਕਰ ਲੈ, ਜਵਾਬ ਦੇ ਦੋ ਫਿਰ ਤੱਲੇ ਸਾਹਿਬ ਕੇ ਮਿਰਜ਼ਾ ਸਾਹਿਬ ਨੇ ਝੂਠ ਬੋਲਿਆ। ਮੈਂ ਟਾਪਿਕ ਚੇਂਜ ਕਰ ਲੈਣਾ, ਥੱਲੇ ਬੰਦਾ ਚੁੱਕਣਾ ਯਾਰ, ਕੋਈ ਅਕਲ ਵਾਲਾ ਕੋਈ ਇਲਮ ਵਾਲਾ ਬੰਦਾ ਲੈ ਆਓ ਜਿਹੜੇ ਗੱਲ ਕਰੇ ਇਹਨਾਂ ਦੇ, ਇਹ ਪਿਟਣੀਆਂ ਪਿਟਣੀਆਂ। ਇੰਟੈਲੈਕਚੁਅਲ ਬੰਦਾ ਮੈਂ ਉਹਨੂੰ ਸੁਣਿਆ ਅੱਜ ਉੱਥੇ ਸੈਣੀ ਸਾਹਿਬ ਦੀ ਬਰਾੜ ਤੇ, ਉਹ ਥੋੜਾ ਜਿਹਾ ਨਾ ਮੈਨੂੰ ਲੱਗਿਆ ਕੋਈ ਸਮਝਦਾਰ ਬੰਦਾ। ਲੇਕਿਨ ਸਿਰਫ ਕਾਮੇਡੀ ਦੇ ਵਿੱਚ ਬੜੀ ਖੂਬਸੂਰਤ ਸ਼ਖਸੀਅਤ ਨੇ ਭਾਈ, ਉਹਨਾਂ ਨੂੰ ਉੱਤੇ ਲੈ ਲਓ, ਅੱਲਾ ਦਾ ਨਾਂ ਨੇ ਮਿਹਨਤ ਕਰੋ ਤੇ ਆ ਸਾਹਿਬ ਨੇ ਸਵਾਲਾਂ ਨੇ ਜਵਾਬ ਦੇ ਰਹਾ ਹੂੰ। ਤੱਲਾ ਸਾਹਿਬ ਤੇ ਰਾਤੀ ਆਸਿਫ ਭਾਈ ਬਿਲਕੁਲ ਸਵਾਲੋ ਕੇ ਜਵਾਬ ਬਣਤੇ ਹੈ, ਇਨਕੇ ਸਵਾਲੋ ਕੇ ਹਮ ਜਵਾਬ ਬਿਲਕੁਲ ਦੇਂਗੇ, ਲੇਕਿਨ ਹਮ ਤੋ ਬਾਤੇ ਲੈਣਾ, ਹਮ ਤੋ ਝੂਠੇ ਹੈ, ਹਮ ਤੋ ਕਾਜ਼ਿਬ ਹੈ, ਮੁਫਤਰੀ ਹੈ, ਜੋ ਸੱਚੇ ਹੈ ਉਨਸੇ ਸਵਾਲ ਬਣਤਾ ਹੈ। ਮੌਲਾ ਅਲੀ ਬਿਨ ਮੁਹੰਮਦ ਸਾਹਿਬ, ਅੱਲਾ ਦਾ ਨਾਂ ਨੇ ਜਿਹੜਾ ਨਬੀ ਵਾਸਤਾ ਜਿਹੜਾ ਮੁਰਸ਼ਦ ਨੇ ਉਹਦਾ ਵਾਸਤਾ ਨੇ, ਅੱਜ ਉੱਤੇ ਆਓ ਯਾਰ, ਇੱਕ ਬੰਦਾ ਥੱਲੇ ਜਾਵੇ ਜ਼ਰਾ, ਉਹ ਮੌਲਾ ਅਲੀ ਨੂੰ ਚੱਕੀ। ਮੈਂ ਜਾਣਾ, ਤੂੰ ਮੌਲਾ ਅਲੀ ਨੂੰ ਚੁੱਕ। ਚਲੋ ਤਾਲਬ ਇਲਮ ਚਲਾ ਗਿਆ, ਉਹ ਵਾਪਸ ਆ ਜਾਣਾ ਉੱਤੇ। ਮੈਂ ਸੋਚ ਰਿਹਾ ਹਾਂ ਬਲਾਸ ਹੋਏ ਤੋਂ ਰਾਜਾ ਕੋ ਉੱਪਰ ਬਲਾਸ ਸੇ ਬਾਤ ਕਰਨੀ ਹੈ। ਸ਼ੋਭਾ ਵੀ ਚਲਾ ਗਿਆ, ਸ਼ੋਭਾ ਵੀ ਚਲਾ ਗਿਆ, ਮੌਲਾ ਅਲੀ ਆ ਗਿਆ। ਤੱਲਾ ਸਾਹਿਬ ਮੌਲਾ ਅਲੀ ਆ ਗਏ ਨੇ, ਅਲੀ ਆ ਗਿਆ ਲੋ ਗੱਲ, ਓਰੀਜਨਲ ਵਾਲੇ ਆ ਗਏ ਨੇ। ਮਾਸ਼ਾ ਅੱਲਾ ਓਰੀਜਨਲ ਵਾਲੇ ਮੌਲਾ ਅਲੀ ਸਾਹਿਬ, ਯਾ ਅਲੀ ਮਦਦ, ਅਸਲਾਮ ਅਲੈਕੁਮ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਵਾਟ ਐਵਰ ਯੂ ਹੈਵ। ਮਾਸ਼ਾ ਅੱਲਾ ਮੌਲਾ ਅਲੀ ਇੰਗਲਿਸ਼ ਸਿੱਖ ਲਈਏ, ਇਹ ਗੈਬ ਚੋਂ ਸਿੱਖੀ ਗਈ ਹੈ, ਸਿਖਾਈ ਗਈ ਹੈ ਜਾਂ ਆਪ ਹੀ ਸਿੱਖੀ ਨੇ ਅੱਲਾ ਲਿਓ? ਸਕੂਲ ਚੋਂ। ਮਾਸ਼ਾਅੱਲਾ ਮਾਸ਼ਾਅੱਲਾ, ਸੁਣਾਓ ਕੀ ਹਾਲ ਹੈ ਭਾਈ ਜੀ, ਠੀਕ ਹੋ? ਅਲਹਮਦੁਲਿਲਾ ਭਾਈ ਜੀ, ਕਿਹਾ ਕਿ ਮੈਨੂੰ ਬੁੱਢਾ ਬੁੱਢਾ ਫਿਰਦਾ ਭਤੀਜਾ ਜੀ, ਕਿਹਾ ਯਾਰ ਇਹ ਕੀ 70 ਸਾਲ ਦਾ ਬਾਬਾ ਤੇ ਮੈਨੂੰ 25 ਸਾਲ ਦੇ ਨੂੰ ਕਹਿੰਦਾ ਪਿਆ 26 ਸਾਲ ਦੇ ਨੂੰ ਭਾਈ ਜੀ। ਮਾਸ਼ਾਅੱਲਾ ਮਾਸ਼ਾਅੱਲਾ, ਤੇਰੀ ਜਵਾਨੀ ਵੀ ਉੱਥੇ ਜਾਣੀ ਹੈ ਜਿੱਥੇ ਸਾਡੀ ਗਈ ਹੈ ਬੱਚਾ ਜੀ, ਇਹ ਮਿੰਟ ਲੱਗਦੇ ਨਿਕਲ ਜਾਂਦੀ ਹੈ। ਅੱਲਾ ਨਾ ਕਰੇ ਉੱਥੇ ਜਾਵੇ ਜਿੱਥੇ ਤੁਹਾਡੀ ਤੁਹਾਡੀ ਜਵਾਨੀ ਖੂਬ। ਬੇਟਾ ਜੀ ਬੇਟਾ ਜੀ ਬੇਟਾ ਜੀ ਗੱਲ ਕਰੋਗੇ ਜੀ? ਚਾਚੂ ਬੋਲੋ ਜੀ। ਬੇਟਾ ਬੇਟਾ ਜੀ, ਆਪ ਮੁਹੰਮਦ ਸਲਮ ਕੋ ਆਖਰੀ ਨਬੀ ਮਾਨਤੇ ਹੈ ਜੀ? ਚਾਚੂ ਜੀ ਬੇਟਾ ਜੀ ਬੇਟਾ ਜੀ, ਕੌਣ ਸੀ ਆਯਤ ਮੈਂ ਅੱਲਾਹ ਤਾਲਾ ਨੇ ਬਤਾਇਆ, ਉਹ ਆਯਤ ਤੋਂ ਬਤਾ ਦੇ, ਹਮਾਰੀ ਸਲਾਹ ਕਰੋ। ਮੈਂ ਮਾਨਤਾ ਹੂੰ, ਬਸ ਠੀਕ ਹੈ, ਬਾਤ ਖਤਮ। ਮੌਲਾ ਅਲੀ ਸਾਹਿਬ, ਥੋੜੀ ਮੌਲਾ ਅਲੀ ਲਿਖਾਇਆ ਦਾ ਨੇ, ਤੁਹਾਡੀ ਹੁਣੀ ਹਵਾ ਨਿਕਲ ਗਈ ਹੈ।
सर मैं कह रहा हूँ ना, मैं मानता हूँ, बस मानता हूँ, आपको बताने से क्या मानता हूँ, यही तो बता रहे हैं, गलत मानते हैं। अल्लाह की किताब माननी है ना, मैंने अल्लाह की किताब में कहाँ लिखा हुआ, अल्लाह ने कहाँ बताया है वो बताएं, हमारी इस्लाह करें। नीचे बंदे सुन रहे हैं, इधर बंदे बैठे हैं, इन्हें बताएं कि इस